ਹਾਂਜੀ ਕਿੱਦਾਂ ਸਾਰੇ ਡਿਊਟੀ ਖਤਮ ਕਰਕੇ ਘਰ ਜਾ ਰਹੇ ਹਾਂ ਦੁਬਈ ਟੂ ਲੈਣ ਵੈਦਰ ਇੰਨਾ ਕੁ ਖਰਾਬ ਹੋ ਚੁੱਕਿਆ ਮਤਲਬ 2 ਮੀਟਰ ਤੱਕ ਵੀ ਮਤਲਬ ਤੁਹਾਨੂੰ ਕੁਛ ਦਿਖਾਈ ਨਹੀਂ ਦੇਗਾ ਸੇਫਟੀ ਪ੍ਰੀਕੋਸ਼ਨਸ ਲੈਣੇ ਜ਼ਰੂਰੀ ਹੈ ਹਾਈਵੇ ਦਾ ਕੰਮ ਆ ਤੁਹਾਨੂੰ ਬਾਹਰ ਦਿਖਾ ਦਿੰਦਾ ਵੈਦਰ ਅਗਰ ਹੁਣ ਪਿੱਛੋਂ ਕੋਈ ਕਾਰ ਆ ਗਈ ਤਾਂ ਉਹਨੇ ਠੋਕ ਦੇਣਾ ਬਿਲਕੁਲ ਰੋਡ 'ਤੇ ਖੜ੍ਹਾ ਹੈ ਬਿਲਕੁਲ ਰੋਡ 'ਤੇ ਖੜ੍ਹਾ ਹੈ ਅਤੇ ਚੰਗਾ ਭਲਾ ਇਹਨੇ ਪਾਰਕ ਲਾਈ ਹੋਈ ਸੀ ਇੱਥੇ ਵੀ ਤੂੰ ਖੜ੍ਹਾ ਰਹਿ 5 ਮਿੰਟ ਲੇਟ ਹੋ ਜੂ ਬੰਦਾ 10 ਮਿੰਟ ਹੋ ਜੂ ਇੱਕ ਸੈਕਿੰਡ ਲਈ ਵੀ ਮੈਂ ਮਤਲਬ ਗਲਾਸ ਡਾਊਨ ਨਹੀਂ ਕਰ ਸਕਦਾ ਇਹਨੂੰ ਥੱਲੇ ਨਹੀਂ ਕਰ ਸਕਦਾ ਅਗਰ ਕਰੂੰਗਾ ਤਾਂ ਪੂਰੀ ਗੱਡੀ ਮਿੱਟੀ ਨਾਲ ਭਰ ਜਾਣੀ ਆ ਅੱਜ ਸ਼ਾਮ ਨੂੰ 7:00 or 7:30 ਅਸੀਂ ਜਾਣਾ ਡਨਾਟ ਹੋਟਲ ਦੇ ਵਿੱਚ ਪ੍ਰਾਈਜ਼ ਰਿਸੀਵ ਕਰਨ ਠੀਕ ਹੈ ਅਤੇ ਤਾਂ ਕਰਕੇ ਥੋੜ੍ਹਾ ਜਲਦੀ ਮੇਰੀ ਟਰਾਈ ਸੀਗੀ ਜਲਦੀ ਮੈਂ ਚਲਾ ਜਾਵਾਂ ਅਤੇ 7 o'clock ਉੱਥੇ ਰੀਚ ਕਰਨਾ ਔਰ ਜੋ ਵੀ ਅਤੇ ਵੈਦਰ ਥੋੜ੍ਹਾ ਜਿਹਾ ਮੈਨੂੰ ਲੱਗਦਾ ਨਹੀਂ ਇਹ ਸਹੀ ਹੋਊਗਾ ਲੇਕਿਨ ਵਿਜੀਬਿਲਿਟੀ ਥੋੜ੍ਹੀ ਜਿਹੀ ਇਨਕਰੀਜ਼ ਹੋਈ ਆ ਮਿਲਦੇ ਹਾਂ ਤੁਹਾਨੂੰ ਸ਼ਾਮ ਨੂੰ ਵਲੋਗ ਰੈਡੀ ਕਰਦੇ ਫਿਰ ਸਹੀ ਹੈ ਔਰ ਛੋਟਾ ਭਰਾ ਗਿਆ ਹੋਇਆ ਇੰਡੀਆ ਤਾਂ ਕਰਕੇ ਥੋੜ੍ਹਾ ਜਿਹਾ ਮਨ ਥੋੜ੍ਹਾ ਜਿਹਾ ਮਤਲਬ ਅਪਸੈਟ ਨਹੀਂ ਕਹਿ ਦਿੰਦਾ ਵੀ ਹਾਂ ਯਾਰ ਇੱਕ ਪਾਰਟਨਰ ਚਲਾ ਗਿਆ ਹੁਣ ਵਲੋਗ ਬਣਾਉਣ ਨੂੰ ਦਿਲ ਜਿਹਾ ਨਹੀਂ ਕਰਦਾ ਨਾ ਕੈਮਰਾ ਚੱਕਣ ਨੂੰ ਦਿਲ ਕਰਦਾ ਹੈ ਨਾ ਤਾਂ ਕਰਕੇ ਉਹੋ ਜਿਹੀ ਟਾਈਪ ਫੀਲਿੰਗ ਜੀ ਆ ਅਤੇ ਆ ਜਾਣਾ ਹੁਣ 10 ਦਿਨਾਂ ਤੱਕ ਫਿਰ ਫੰਕਸ਼ਨ ਹੋਣਾ ਵਾ ਠੀਕ ਹੈ ਓਕੇ ਗਾਇਸ ਮਿਲਦੇ ਹਾਂ ਲੇਕਿਨ ਤੁਹਾਨੂੰ ਮੈਂ ਵੈਦਰ ਫਿਰ ਦਿਖਾ ਦਿੰਦਾ ਇਟ ਇਜ਼ ਵੈਰੀ ਡੇਂਜਰ ਟੂਡੇ ਇਹੋ ਜਿਹਾ ਮੈਂ ਵੈਸੇ ਕਾਫੀ ਟਾਈਮ ਤੋਂ ਦੇਖਿਆ ਫੀਲ ਵੀ ਕੀਤਾ ਲੇਕਿਨ ਟ੍ਰੈਫਿਕ ਦੇ ਵਿੱਚ ਫਸਟ ਟਾਈਮ ਸਟੱਕ ਹੋਇਆ ਮੈਂ ਔਨ ਦਾ ਰੋਡ ਇਹ ਸੈਂਡਸਟੋਰਮ ਦੇ ਵਿੱਚ ਬਿਲਕੁਲ ਇੰਪੋਸੀਬਲ ਦੇਖੀ ਨਾ ਮੂਵੀ ਇੰਪੋਸੀਬਲ ਉਹਦੇ 'ਚ ਜਿਹੜਾ ਸੈਂਡਸਟੋਰਮ ਆਉਂਦਾ ਸੇਮ ਐਜ਼ ਇਟ ਇਜ਼ ਉੱਦਾਂ ਦਾ ਜੀ ਟਰਾਈ ਕਰਦਾ ਮੈਂ ਡਰਾਈਵ ਕਰਨ ਦੀ ਲੇਕਿਨ ਜਾਣਾ ਪੈਣਾ ਹੌਲੀ ਹੌਲੀ ਨਹੀਂ ਵੈਸੇ ਮੈਨੂੰ ਦੂਸਰੀਆਂ ਗੱਡੀਆਂ ਵੀ ਸਾਡੇ ਕਾਫੀ ਅੱਗੇ ਲਾਈਨ ਲੱਗ ਚੁੱਕੀ ਆ ਕਾਫੀ ਲਾਈਨ ਲੱਗ ਚੁੱਕੀ ਹੈ ਇਹਦਾ ਮਤਲਬ ਡੇਂਜਰ ਆ ਤਾਂ ਬੈਟਰ ਆ 10-15 ਮਿੰਟ ਹੋਰ ਵੇਟ ਕੀਤਾ ਜਾਵੇ ਸੈਂਡ ਸਟ੍ਰੋਮ ਥੋੜ੍ਹਾ ਜਿਹਾ ਗੁੱਸਾ ਆਪਦਾ ਥੋੜ੍ਹਾ ਜਿਹਾ ਢਿੱਲਾ ਕਰੇ ਤਾਂ ਜੋ ਸਾਡੇ ਵਰਗੇ ਡਿਊਟੀ ਪੇਸ਼ੇ ਵਾਲੇ ਬੰਦੇ ਆ ਸਾਰਾ ਦਿਨ ਮਰ ਖੱਪ ਕੇ ਆਫਿਸਾਂ ਦੇ ਵਿੱਚ ਘਰ ਜਾਣਾ ਹੁੰਦਾ ਅਤੇ ਲੇਕਿਨ ਟਾਈਮ ਖਰਾਬ ਕਰਤਾ ਯਾਰ ਵੈਦਰ ਨੇ ਨਾਉ ਵਿਜ਼ੀਬਿਲਿਟੀ ਇਜ਼ ਕਲੀਅਰ ਔਰ ਬਾਰਿਸ਼ ਵੀ ਘੱਟ ਗਈ ਆ ਅਤੇ ਮਿਲਦਾ ਤੁਹਾਨੂੰ ਡਾਇਰੈਕਟ ਹੁਣ ਅਲੈਨ ਕਿ ਲਾਸਟ ਬਲੌਗ ਤੁਹਾਨੂੰ ਪਤਾ ਮੈਂ ਆ ਗਿਆ ਸੀ ਇੰਡੀਆ ਅਤੇ ਮਿੱਤਰ ਦੀ ਆਪਣੇ ਦੀ ਮੈਰਿਜ ਆ ਉਹਦੇ ਲਈ ਥੋੜ੍ਹੀ ਸ਼ੋਪਿੰਗ ਕਰਦਾ ਫਿਰਦਾ ਸੀ ਡਾਊਨ ਟਾਊਨ ਨੋਟ ਡਾਊਨ ਟਾਊਨ ਮਾਡਲ ਟਾਊਨ ਆਇਆ ਸੀ ਆਦਤ ਪਈ ਆ ਡਾਊਨ ਟਾਊਨ ਦੀ ਅਤੇ ਆਪਣਾ ਮਿੱਤਰ ਆ ਜੈਪੀ ਸਤਿ ਸ਼੍ਰੀ ਅਕਾਲ ਜੀ ਅਤੇ ਇਹੀ ਘੁੰਮਾ ਰਿਹਾ ਮੈਂ ਗਿਆ ਤਾਂ ਇੱਥੋਂ ਹੀ ਆ ਬਟ ਭੁੱਲ ਗਏ ਅਸੀਂ ਕਿ ਕਿੱਥੋਂ ਮਿਲਦਾ ਕਿੱਥੋਂ ਜ਼ਿਆਦਾ ਆਪਾਂ ਨੂੰ ਔਫਰ ਮਿਲਦੀਆਂ ਨੇ ਹੈ ਨਾ ਅਤੇ ਦੇਖਦੇ ਹਾਂ ਬਾਈ ਨੂੰ ਇੱਕ ਸ਼ੋਪ 'ਤੇ ਲੈ ਗਿਆ ਸੀ ਉੱਥੇ ਪਸੰਦ ਨਹੀਂ ਆਈ ਮੈਂ ਕੁਛ ਵਿਆਹ 'ਤੇ ਪਾਉਣ ਲਈ ਜੁੱਤੀ ਵਗੈਰਾ ਲੈਣੀ ਸੀ ਅਤੇ ਬਾਈ ਲੈ ਕੇ ਉਹ ਜੈਪੀ ਕਿੱਥੇ ਲੈ ਕੇ ਚੱਲਾਂ ਹੁਣ ਹੁਣ ਫਿਲਹਾਲ ਆਪਾਂ ਇੱਕ ਵਾਰ ਮੈਟਰੋ ਦੇ ਸਟੋਰ 'ਤੇ ਜਾ ਰਹੇ ਹਾਂ ਠੀਕ ਆ ਅਤੇ ਉਸ ਤੋਂ ਬਾਅਦ ਦੈਨ ਦੇਖਦੇ ਹਾਂ ਮੋਚੀ ਨਹੀਂ ਉੱਥੋਂ ਕੁਛ ਮਿਲੇਗਾ ਫਿਰ ਆਪਾਂ ਮੌਲ ਵਾਲੇ ਰੁੱਖ ਕਰਾਂਗੇ ਆਪਣਾ ਵੇਵ ਮੌਲ ਹੈਗਾ ਵੈਸਟਰਨ ਮੌਲ ਠੀਕ ਆ ਉੱਥੇ ਰੈਡ ਟੇਪ ਦੇ ਸਟੋਰ 'ਤੇ ਜਾਵਾਂਗੇ ਮੇ ਬੀ ਉੱਥੋਂ ਆਪਾਂ ਨੂੰ ਜੋ ਚੀਜ਼ ਚਾਹੀਦੀ ਮਿਲੀ ਜਾਊਗੀ ਚੱਲ ਠੀਕ ਆ ਚਲੋ ਬਾਈ ਬਾਈ ਨੇ ਪਲੈਨ ਦੱਸਤਾ ਆਪਦਾ ਕੀ ਹੋਣਾ ਕੀ ਨਹੀਂ ਅਤੇ ਦੇਖਦੇ ਹਾਂ ਕੀ ਪਸੰਦ ਆਉਂਦਾ ਫਿਰ ਤੁਹਾਨੂੰ ਨਾਲ ਦੀ ਨਾਲ ਦੱਸਦੇ ਜਾਵਾਂਗੇ ਮੇਨਲੀ ਬਾਈ ਨੂੰ ਦੱਸਾਂਗੇ ਕੀ ਕਰ ਰਹੇ ਹਾਂ ਅਸੀਂ ਇੱਥੇ ਇਹ ਬਾਈ ਇਹ ਸਾਡੇ ਇੰਡੀਆ 'ਚ ਹੀ ਮਿਲ ਸਕਦਾ ਇਹੋ ਜਿਹਾ ਕੁਛ ਇਹ ਮੇਰੇ ਉੱਪਰ ਦੀ ਗਿਆ ਹੁਣ ਜੈਪੀ ਬਾਈ ਆਪਾਂ ਨੂੰ ਲੈ ਕੇ ਚੱਲਾਂ ਮੋਚੀ ਵਾਲਿਆਂ ਦੇ ਦੇਖਦੇ ਹਾਂ ਉਦੋਂ ਬਾਅਦ ਜੇ ਪਸੰਦ ਆ ਗਈ ਸਹੀ ਆ ਨਹੀਂ ਤਾਂ ਫਿਰ ਮੌਲ ਚੱਲਾਂਗੇ ਬਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅਸੀਂ ਹਰ ਵਾਰੀ ਲੱਭ ਹੀ ਲੈਂਦੇ ਹੁੰਦੇ ਹਾਂ ਔਫਰ ਕਿੱਥੇ ਚੱਲਦੇ ਆ ਬੜਾ ਸੋਹਣਾ ਔਫਰ ਚੱਲਦਾ 50% 60% ਅਤੇ ਜੈਪੀ ਲੈ ਕੇ ਆਇਆ ਵਾ ਕਹਿੰਦਾ ਬਾਈ ਇੱਥੇ ਹੈਗਾ ਔਫਰ ਵਧੀਆ ਬਾਈ ਸਾਹਿਬ ਆਪਣੇ ਇੱਧਰ ਅਤੇ ਆਹ ਲਵਾਉਂਦਾ ਬਾਈ ਨੇ ਮਿੰਟ ਮਾਰਿਆ ਕਹਿੰਦਾ ਉਹ ਚੁੱਕੋ ਆਹ ਲਓ ਆਹ ਫੜੋ ਆਹ ਕਰੋ ਮਿੰਟ ਮਾਰਿਆ ਬਾਈ ਨੇ ਅਤੇ ਫਿਰ ਦੇਖਦੇ ਅੱਗੇ ਕਿੱਥੇ ਜਾਂਦੇ ਹਾਂ ਫਿਰ ਮਿਲਦੇ ਆਪਾਂ ਨਹੀਂ ਬਾਈ ਨਹੀਂ ਬਣੀ ਗੱਲ ਅਤੇ ਚੱਲਦੇ ਹਾਂ ਵੇ ਮੌਲ ਦੇ ਵਿੱਚ ਚੱਲਦੇ ਹਾਂ ਅਤੇ ਦੇਖਦੇ ਹਾਂ ਬਾਈ ਬਾਈ ਦੇ ਲਿੰਕ ਬਹੁਤ ਆ ਕਹਿੰਦਾ ਮੈਂ ਡਿਸਕਾਊਂਟ ਕਰਾਊਂ ਉੱਥੇ ਤੁਹਾਨੂੰ ਫੁੱਲ ਕਾਨੂੰਨ ਜੈਸੇ ਕਾਨੂੰਨ ਕੇ ਹੱਥ ਲੰਬੇ ਹਮਾਰੇ ਹੱਥ ਬਹੁਤ ਲੰਬੇ ਹੈ ਹੱਥ ਬਹੁਤ ਲੰਬੇ ਹੈ
ਬਹੁਤ ਲੰਬੇ ਹਾਲ ਦੇਖਦੇ ਆ ਫਿਰ ਹੁਣ ਸਾਨੂੰ ਇੱਕ ਹੋਰ ਸ਼ੋਰੂਮ ਦੇ ਵਿੱਚ ਵੀਰੇ ਐਟ ਦ ਐਂਡ ਵੇਵ ਸਿਨੇਮਾ ਆਏ ਆ ਰੈਡ ਟੇਪ ਵਾਲਿਆਂ ਦੇ ਇੱਥੇ ਸਾਨੂੰ ਸ਼ੋ ਵੀ ਪਸੰਦ ਆ ਗਿਆ ਹੁਣ ਯਾਰ ਪਤਾ ਸਾਨੂੰ ਵੱਡੀ ਪ੍ਰੋਬਲਮ ਕੀ ਆਉਂਦੀ ਆ ਫੇਸ ਕਰਨਾ ਬੈਲ ਦੀ ਇਸ ਟਾਈਮ ਬਾਈ ਹੈ ਨਹੀਂ ਮੇਰੇ ਨਾਲ ਨਹੀਂ ਤਾਂ ਉਹ ਬੈਲ ਪੇ ਕਰ ਦਿੰਦਾ ਹੁੰਦਾ ਅਤੇ ਬਿਲਿੰਗ ਹੋ ਰਹੀ ਆ ਬਾਈ ਹੁਣ ਬੈਲ ਆ ਗਿਆ ਆਲਵੇਜ਼ ਆਪਾਂ ਜਾਂਦੇ ਹਾਂ ਡਿਸਕਾਊਂਟ 3000 ਦਾ ਪੇਅਰ ਸੀਗਾ ਨਾ 3000 ਤੇ ਆਪਾਂ ਨੂੰ 1500 ਦਾ ਮਿਲ ਗਿਆ 1500 ਬਹੁਤ ਸੋਹਣਾ ਪ੍ਰਾਈਜ਼ ਹੈ ਅਤੇ ਕਲੈਕਸ਼ਨ ਵੀ ਕਾਫੀ ਅੱਛੀ ਪਈ ਆ ਲਿਆ ਵੀਰੇ ਅਤੇ ਇਹ ਰਹੀ ਆਪਣੀ ਸ਼ੋਪਿੰਗ ਦਿਸ ਟਾਈਮ ਬਿੱਲ ਮੈਂ ਆਪਦੇ ਵਾਲਟ 'ਚੋਂ ਪੇ ਕੀਤਾ ਇਹੀ ਫਰਕ ਆ ਬਾਕੀ ਦਾ ਸਹੀ ਆ ਕੰਮ ਹਿਸਾਬ ਕਰ ਲਾਂਗੇ ਬਾਈ ਦਾ ਹਿਸਾਬ ਕਰਨਾ ਪਤਾ ਉਹ ਵਨ ਐਂਡ ਓਨਲੀ ਆਪਣਾ 8-9 ਸਾਲ ਤੋਂ ਰਿਲੇਸ਼ਨ ਆ ਐਲੀਗੈਂਸ ਲੁਧਿਆਣਾ ਅਤੇ ਉਹਦੇ ਕੋਲ ਹੀ ਫਿਰ ਆਇਆ ਸੀਗਾ ਬੀ ਐਡ ਕਰਨੀ ਸੀ ਆਪਣੇ ਹੈਪੀ ਬਾਈ ਤੋਂ ਬਿਨਾਂ ਜੇ ਕੋਈ ਕਰ ਸਕਦਾ ਇਹੀ ਕਰ ਸਕਦੇ ਸੀ ਆਪਾਂ ਨੂੰ ਹੱਥ ਲਾ ਸਕਦੇ ਸੀਗੇ ਸੈੱਟ ਅਤੇ ਕਰਾ ਕੇ ਨਿਕਲਿਆ ਹੁਣ ਚਲੋ ਮਿਲਦੇ ਹਾਂ ਨੈਕਸਟ ਲੋਕੇਸ਼ਨ Just I'm doing some time pass with my daughter. Her name is Afia. Yes, Afia? I'm not Afia now. What's your name? Afu. Afu, okay. Yes. Did you? Dada? Yeah. Did he hear it? What hear it? My echo. The rat. Now we reached Danat Resort. And let's go, guys. And look at come that. With us. Look at let's the see wall. What will happen. Look at the wall. Look at the wall. Yes, hi. Gate pe entry procedure finish ho gaya. Danat Resort de vich enter ho gaye. Thoda view hai. Hai. Yes, Apple. What are you doing out here? Guys, Danat Resort ਦੇ ਵਿੱਚ ਐਂਟਰ ਹੋ ਗਏ ਔਰ ਜੇ ਮੈਂ ਤੁਹਾਨੂੰ ਦੱਸਿਆ ਸੀਗਾ ਓਕੇਜ਼ਨ ਇੱਕ ਲੱਕੀ ਡਰੋ ਨਿਕਲਿਆ ਨਾ ਆਪਣੇ ਨਾਂ 'ਤੇ ਤਾਂ ਉਹਦੇ ਲਈ ਅਸੀਂ ਅੱਜ ਆਏ ਹਾਂ 7 o'clock ਅਸੀਂ ਐਂਟਰ ਹੋ ਗਏ ਇੱਥੇ ਆਈ ਥਿੰਕ ਲੱਗ ਜਾਣਾ 30 minutes ਤਕਰੀਬਨ ਦਾ ਸੈਮੀਨਾਰ ਹੈਗਾ ਜਾਂ ਕੁਛ ਵੀ ਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਪ੍ਰਾਈਜ਼ ਹੈਂਡ ਓਵਰ ਕਰਨੇ ਓਕੇ ਫਿਰ ਮਿਲਦੇ ਹਾਂ ਆਪਾਂ ਓਕੇ ਬਸ ਰਿਜ਼ੋਰਟ 'ਚੋਂ ਮੀਟਿੰਗ ਖਤਮ ਹੋ ਗਈ ਆ ਗੋਲਡ ਕੋਇਨ ਰਿਸੀਵ ਕਰ ਲਿਆ ਔਰ ਹੋਲੀਡੇ ਪੈਕੇਜ ਫਰੀ 5 countries ਉਹ ਵੀ ਰਿਸੀਵ ਕਰ ਲਿਆ ਔਰ ਇਹਦੇ ਨਾਲ ਹੀ ਛੋਟਾ ਜਿਹਾ ਵਲੋਗ ਦਾ ਐਂਡ ਕਰਦਾ ਮੈਂ ਥੈਂਕ ਯੂ ਸੋ ਮੱਚ ਕੀਪ ਸਪੋਰਟਿੰਗ DuBro ਚੈਨਲ ਬਸ ਸਬਸਕ੍ਰਾਈਬ ਨਹੀਂ ਕਰਨਾ Do subscribe. Say it loudly. Say loudly. Do subscribe.
like share and comment. Bye bye. Say bye bye. Babas. Like this. Babas. Like this girl. Bye. No, like this. Babas. What is that? What? Babas. What? Babas. I'm not even getting my t-shirt. But I reserve the nature. I'm not going to get my t-shirt. Baba, what are you doing?